ਮੈਂ ਆਪਣਾ ਬੈਗ ਭੁੱਲਿਆ ਤਾਂ ਗੱਲਾਂ ਬਾਤਾਂ ਵਿੱਚ ਸਾਡਾ ਇੱਕ ਬੰਦਾ ਨਾ ਪਿੱਛੇ ਘੇਰਿਆ ਇਮੀਗ੍ਰੇਸ਼ਨ ਵਾਲਿਆਂ ਨੇ ਉਹਦੇ ਚੱਕਰਾਂ 'ਚ ਬਸ ਕੀ ਕਹਿੰਦੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੀ ਹੁਣ ਬੋਰਡਿੰਗ ਸ਼ੁਰੂ ਹੋਣ ਲੱਗੀ ਹੈ ਤੇ ਸਾਰੇ ਬੰਦੇ ਤਿਆਰ ਹੈ ਤੇ ਜਾਣੇ ਵਾਲੇ ਸਾਡੇ ਆ ਜਾਓ ਵੀ ਚਲੋ ਜੀ ਦੇਖੀਏ ਵੀ ਚਲੋ ਵੀ ਚਲੋ ਬੰਬੇ ਵਾਲਾ ਹੁਣ ਮੇਰੇ ਨਾਲੇ ਨਾਲ ਕਿੰਨੇ ਦਿਨ ਮੇਰੇ ਕੋਲ ਹੋਊ ਮੈਂ 10-12 ਦੇ ਰਾਡੇ ਬੰਬੇ 10-12 ਦਿਨ ਹੁਣ ਮੇਰੇ ਕੋਲੇ ਆ ਬੰਬੇ ਵਾਲੇ ਨਾਲ ਵੀਡੀਓ ਆਉਣਗੀ ਹੁਣ ਤੇ ਚੱਲਦੇ ਸਾਡੀ ਬੋਰਡਿੰਗ ਸ਼ੁਰੂ ਹੋ ਚੁੱਕੀ ਹੈ ਦੇਖਦੇ ਹਾਂ ਇੱਥੋਂ ਤੋਂ ਲੈ ਕੇ ਇੰਡੀਆ ਦਾ ਨਾ ਦਿੱਲੀ ਏਅਰਪੋਰਟ ਤੋਂ ਲੈ ਕੇ ਵੀਅਤਨਾਮ ਤੱਕ ਦਾ ਸਫ਼ਰ ਤੁਹਾਨੂੰ ਸਾਰਾ ਦੱਸਾਂਗੇ ਕਿਆ ਕਿਆ ਉੱਪਰ ਆਈਆਂ ਕਿਆ ਕੁਛ ਹੋਇਆ ਸਾਡੇ ਹਾਂ ਲੋ ਜੀ ਸਾਰੇ ਬੰਦੇ ਲਾਈਨ 'ਚ ਲੱਗ ਗਏ ਹੁਣ ਤੇ ਦੇਖਦੇ ਹਾਂ ਸਾਨੂੰ ਕੋਈ ਚੱਕਰ ਖੜਾ ਨਾ ਹੋਵੇ ਹੁਣ ਬਾਕੀ ਦੇਖਦੇ ਹਾਂ ਦੱਸਦਾਂ ਬਾਕੀ ਕੋਈ ਦਿੱਕਤ ਤਾਂ ਨਹੀਂ ਖੜੀ ਹੋਈ ਹਾਂ ਲਓ ਜੀ ਸਾਡੇ ਸਾਰੇ ਬੰਦਿਆਂ ਦਾ ਬੋਰਡਿੰਗ ਪਾਸ ਮਿਲ ਗਏ ਐਸ ਇਸ ਬੰਦੇ ਦਾ ਥੋੜ੍ਹਾ ਅੜ ਗਿਆ ਤਾਂ ਫਿਰ ਕਹਿੰਦੇ ਕਿੱਥੇ ਚੱਲਿਆ ਕਿਆ ਕਰਨ ਚੱਲਿਆ ਮੈਂ ਇਹ ਕਹਿੰਦਾ ਜਦੋਂ ਵੀ ਕਿੱਥੇ ਜਾਂਦੇ ਜਿਹੜੀ ਸਿਟੀ ਜਾਂਦੇ ਉਹਦਾ ਨਾਂ ਸਾਰਾ ਸਪੈਲਿੰਗ ਯਾਦ ਰੱਖੇ ਕਰੋ ਜਿੱਦਾਂ ਹੁਣ ਅਸੀਂ ਹੋਚੀਮਨ ਸਿਟੀ ਚੱਲੇ ਹਾਂ ਅਤੇ ਥੋੜ੍ਹਾ ਜਿਹਾ ਆਹ ਪ੍ਰੋਬਲਮ ਪਈ ਹੈ ਚਲੋ ਕੋਈ ਗੱਲ ਨਹੀਂ ਅਤੇ ਜਿਹੜੇ ਆਹ ਵੀਰੇ ਥੋੜ੍ਹਾ ਲੇਟ ਹੋ ਗਿਆ ਤੁਸੀਂ ਲੇਟ ਹੋ ਗਏ ਜਿਹੜੀ ਸਿਟੀ ਜਾਣਾ ਉਹਦਾ ਉਸ ਸਿਟੀ ਦਾ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੀ ਕੰਟਰੀ ਜਾਣਾ ਉਹਦਾ ਨਾਮ ਪਤਾ ਹੋਵੇ ਇਹ ਨਾ ਮਤਲਬ ਚੱਲੇ ਆ ਮਾਸ ਗਾਲ ਮਾਨ ਨਾਲ ਚਲੋ ਕੋਈ ਨਾ ਹੁਣ ਇਹ ਚੀਜ਼ ਅੱਗੇ ਨੂੰ ਸਿੱਖਣ ਨੂੰ ਮਿਲੀ ਅੱਗੇ ਬੰਦੇ ਨੇ ਵੀ ਗਰੁੱਪ 'ਚ ਮੈਸੇਜ ਕਰਾਂਗੇ ਇੱਕ ਬੰਦਾ ਨਾ ਦਾਰੂ ਦੀ ਬੋਤਲ ਲੈ ਕੇ ਆਇਆ ਹੋਇਆ ਤਾਂ ਉਹਨੂੰ ਕਹਿੰਦੇ ਵੀ ਡੋਲ ਦੇ ਇੱਥੇ ਬਹੁਤ ਮੁਸ਼ਕਿਲ ਨਾਲ ਡੋਲੀ ਬਹੁਤ ਮੁਸ਼ਕਿਲ ਨਾਲ ਡੋਲੀ ਕਹਿੰਦਾ ਲੈ ਜਾਣ ਦਾ ਯਾਰ ਸਾਡਾ ਇੱਕ ਬੰਦਾ ਘੇਰਿਆ ਹੋਇਆ ਹਲੇ ਆਏ ਨਹੀਂ ਜਗਦੀਪ ਹਲੇ ਜਗਦੀਪ ਘੇਰਿਆ ਸਾਡਾ ਮੈਂ ਆਪਣਾ ਬੈਗ ਭੁੱਲਿਆ ਤਾਂ ਗੱਲਾਂ ਬਾਤਾਂ ਵਿੱਚ ਸਾਡਾ ਇੱਕ ਬੰਦਾ ਨਾ ਪਿੱਛੇ ਘੇਰਿਆ ਇਮੀਗ੍ਰੇਸ਼ਨ ਵਾਲਿਆਂ ਨੇ ਉਹਦੇ ਚੱਕਰਾਂ 'ਚ ਬਸ ਕਦੇ ਕਿਸੇ ਨੂੰ ਫੋਨ ਕਦੇ ਕਿਸੇ ਨੂੰ ਫੋਨ ਤੇ ਦੇ ਦਿੱਤਾ ਜਮ੍ਹਾਂ ਕਰ ਲਿਆ ਨਹੀਂ ਜਮ੍ਹਾਂ ਨਹੀਂ ਕਰਿਆ ਉਹ ਕਹਿੰਦੇ ਇਹਦੇ ਬੈਗ 'ਚ ਕੋਈ ਤੁਹਾਡੀ ਚੀਜ਼ ਦੱਸੋ ਕੈਪ ਹੈ ਫਿਰ ਮੈਂ ਦੱਸ ਦਿਵਾਂ ਕੈਪ ਹੈ ਇਹ ਕਲਰ ਦੀ ਲੇ ਕੇ ਨਹੀਂ ਗਏ ਤੁਸੀਂ ਨਾ ਭੁੱਲੇ ਗਿਆ ਮੈਂ ਉੱਥੇ ਨਿੰਮੇ ਦੀ ਜ਼ਿੰਮੇਵਾਰੀ ਹੁੰਦੀ ਅੱਗੇ ਨਿੰਮਾ ਜੋ ਗੌਰ ਰੱਖਦਾ ਥੋੜਾ ਬੈਗ ਕਿੱਥੇ ਆ ਹੁਣ ਤਾਂ ਕਹਿੰਦੇ ਇੱਕ ਦੂਜੇ ਦੀ ਗੌਰ ਰੱਖੋ ਬਈ ਸਮਾਨ ਸਮੂਨ ਦੀ ਸਾਡਾ ਨਾ ਜਗਦੀਪ ਘੇਰਿਆ ਇਮੀਗ੍ਰੇਸ਼ਨ ਉਹਦੇ ਕਰਕੇ ਸਾਰਾ ਦਿਮਾਗ ਟੈਨਸ਼ਨ ਉਹਦੇ ਚੱਕਰ ਨੇ ਬੈਗ ਭੁੱਲਿਆ ਚਲੋ ਚੱਲੀ ਹੁਣ ਅੱਗੇ ਫਿਰ ਹੁਣ ਆਈ ਜਾਊਗਾ ਹੁਣ ਆਪਾਂ ਚੱਲੀਏ ਹਾਲੇ ਕੁਛ ਨਹੀਂ ਬਣਿਆ ਹੈਗਾ ਸਾਰੇ ਡਾਕੂਮੈਂਟ ਜਦ ਪੂਰੇ ਆ ਐਵੇਂ ਤੰਗ ਕਰਨ ਲੱਗੇ ਹੋਏ ਯਾਰ ਬੰਬੇ ਵਾਲੇ ਦੀ ਅੱਛਾ ਲਓ ਜੀ ਆ ਗਏ ਅੱਗੇ ਡਿਊਟੀ ਫਰੀ ਕੀ ਕਹਿੰਦੇ ਮੋਹਰ ਲਾ ਦੀ ਡਿਪਾਰਟੀ ਦੀ ਮੋਹਰ ਲੱਗੀ ਆ ਬੰਬੇ ਤੱਕ ਫੋਨ ਭੇਜਾ ਦਿੱਤਾ ਸੀ ਮੋਹਰ ਬਾਅਦ ਚ ਮਰ ਗਈ ਪਹਿਲਾਂ ਮਾਰਤੀ ਲਓ ਜੀ ਹੁਣ ਚੱਲਦੇ 2 ਰੁਪਏ ਦੀ ਰੋਟੀ ਖਾਣ ਉਹ ਤੁਸੀਂ ਮੇਰੇ ਪਿਛਲੇ ਬਲੋਗ ਤੁਹਾਨੂੰ ਪਤਾ ਹੀ ਹੋਣਾ ਜਿਹਨਾਂ ਕੋਲ ਕ੍ਰੈਡਿਟ ਕਾਰਡ ਹੈਗਾ ਜਾਂ ਨਿਊ ਗਲੋਬਲ ਦਾ ਕਾਰਡ ਹੈਗਾ 2 ਰੁਪਏ ਦੀ ਰੋਟੀ ਖਾ ਸਕਦੇ ਉਹ ਸਾਹਮਣੇ ਲੌਂਚ ਆ ਕਿੰਨੀ ਭੀੜ ਲੱਗੀ ਸਾਡੇ ਬੰਦੇ ਖੜੇ ਆ ਤੁਸੀਂ ਤਾਂ ਅੰਦਰ ਵੜ ਜਾਓ ਸਾਨੂੰ ਉਡੀਕ ਰਹੇ ਹੋ ਇਹ ਤਾਂ ਵੜ ਜਾਂਦੇ ਉਹੀ ਤਾਂ ਮੈਂ ਕਹਿ ਰਿਹਾ ਵੀ ਤੁਸੀਂ ਤਾਂ ਵੜ ਜਾਓ ਅੰਦਰ ਆ ਤੁਸੀਂ ਤਾਂ ਅੰਦਰ ਵੜ ਕੇ ਖਾਓ ਪੀਓ ਕੁਛ ਜਾ ਕੇ ਯਾਰ ਲੋ ਵੀ 2 ਰੁਪਏ ਵਾਲੇ ਖਾਣੇ ਦੇ ਆ ਮੌਜਾਂ ਲੱਗੀਆਂ ਪਈਆਂ ਪੂਰਾ ਪੂਰੀ ਭੀੜ ਹੋਈ ਪਈ ਆ ਚਾਰੇ ਪਾਸੇ ਬੰਦੇ ਖਾ ਰਹੇ ਆ ਅਤੇ ਮੈਂ ਵੀ ਪਲੇਟਾਂ ਚੱਕੀਏ ਲਿਆ ਜੀ ਨਹੀਂ ਰਿਹਾ ਲਓ ਜੀ ਬੰਦੇ ਸਾਰੇ ਆ ਗਏ ਸਾਰੇ ਬੰਦੇ ਕਲੀਅਰ ਹੋ ਗਏ ਅਤੇ ਹੁਣ ਲੰਗਰ ਪਾਣੀ ਚੱਲ ਰਿਹਾ ਇੱਧਰ ਝੋਟਾ ਫਸਿਆ ਹੋਇਆ ਬਾਕੀ ਹੋ ਗਿਆ ਸਾਰਾ ਕਲੀਅਰ ਹੋ ਗਿਆ
ਹੁਣ ਇੱਥੇ ਖਾ ਕੇ ਆਰਾਮ ਨਾਲ ਅੱਛਾ ਹਾਂ ਤੁਹਾਡੀ ਚੱਲਦੀ ਬਥੇਰੇ ਬੰਦੇ ਨੇ ਫੋਨ ਕੀਤੇ ਭਾਜੀ एयर कनेडा जिन्हें कनेडा जाना बैठो बिच सची में कनेडा लेके चले है सची कनेडा लेके जाते हाँ सीधी फ्लैट अपना गेट नंबर है 11 लो जी भैन उन्होंने मिले ने जी कनेडा तो वह लड़के थोड़ा जी हाँ तो ठीक है जी ओके बहुत बहुत शुक्रिया जी लो जी सानू फाइनल कॉल हो गई चलो चलो भाजी आज आज लास्ट कॉल है बस फटाफट चलिए बस हम अंदर लो जी साड़ी सीट नंबर 15K है फोटो लेनी है जहाज ले लेंगे हम रात आ भाई कल दिन ले लेंगे फोटो जिन्नी मर्जी ले ली कल दिन चढ़ उतरना जो उत्थे इत्थे रोकते उत्थे नहीं रोकते कोई भी शुक्रिया ये साढ़े बंदे इतने बैठे 15K मेरी कवली हाँ लो जी हम असं जहाज बैठे हैं सू बहुत सोहनी सीट मिली हुई है पूरी खुली डुली है जिदा एक बिजनेस क्लास बिजनेस क्लास वाली ये सीट देखे करो जहाज के एक नंबर सीट है इसकी भी लेग रूम बहुत है जहाज चल पिया ਵਧੀਆ ਬੈਠੇ ਆ ਵਧੀਆ ਸੀਟਾਂ ਲੈ ਕੇ ਦਿੱਤੀਆਂ ਇਸ ਵਾਰੀ ਤੇਰੇ ਕਰਕੇ ਮਿਲਿਆ ਇਹ ਜਦੀਪ ਚੱਲ ਪਏ ਭਾਈ ਜਾ ਚੱਲ ਗਏ ਉਹ ਚੱਲ ਰਿਹਾ ਜਾ ਚੱਲ ਗਿਆ ਚੱਲ ਗਿਆ ਚੱਲ ਗਿਆ ਖੜੇ ਹੋ ਗਏ ਤੇ ਹੁਣ ਮਿਲਦੇ ਆ ਭਾਈ ਸਿਰੇ ਪਹੁੰਚ ਗਏ ਹੁਣ ਅਸੀਂ ਇੱਥੇ ਬੰਦ ਕਰ ਰਹੇ ਹਾਂ ਕੜੀ ਸੌਣ ਰੈਸਟ ਵੀ ਕਰ ਲਈਏ ਤੇ ਥੱਕ ਗਏ ਬਾਈ ਹੁਣ ਕਿੱਧਰ ਕਿੱਧਰ ਹੋਈ ਜਾਵੇ 14 ਘੰਟੇ ਹੋ ਗਏ ਜੀ ਹਾਂ 14 ਘੰਟੇ ਹਲੇ 7 ਘੰਟੇ ਹੋਰ 2 ਘੰਟੇ ਹੋਰ ਅੱਗੇ ਹਾਂ ਮੈਂ ਕਿਹਾ ਵੀ 22 23 ਘੰਟੇ ਚਲੋ ਕੋਈ ਨਹੀਂ ਕੁਛ ਪਾਣੇ ਕੇ ਲਈ ਕੁਛ ਕੋਣ ਦਾ ਪੜਤਾ ਹੀ ਹੈ ਸਹੀ ਗੱਲ जहाज अपनी बनाया हुआ साडा जहाज है आओ जी भाजी होर 10 मिनट होर है बस ਪੁੱਛ ਗਏ ਸਰ ਇਹ ਕਿੱਥੇ ਸਰ ਕੀ ਮਗਾ ਹੈ ਲੇਕਿਨ ਟ੍ਰੇਨ ਵਾਟਰ ਪੋਗੋ ਨਾ ਲੇਟ ਟੂ ਕੇ ਬੇ ਖਬਰ ਹੈ ਲੇਕਿਨ ਜਨ ਸੀ ਬਾਲੀ ਬੰਦ ਬਾਈ ਕੀ ਜੋ ਫਾਗਾ ਟਿਕ ਟਿਕ ਕੋ ਲੋ ਜੀ ਬਾਰੀ ਦੀ ਵੇਟ ਕਰ ਰਹੇ ਆ ਖੁੱਲ ਗਿਆ ਖੋਲ ਰਿਹਾ
ਲੱਗ ਸੀ ਕੱਢ ਲਿਆ ਸੀ ਸਾਰੇ ਨੇ ਇੱਧਰ ਬੈਠੇ ਨੇ ਖੋਲ ਦੋ ਭਾਈ ਹੁਣ ਗੇਟ ਕਿਆ ਕਰਦੇ ਆ ਚਲੋ ਭਾਈ ਜੀ ਚਲੋ ਵੀ ਚਲੋ ਇਸ ਜਹਾਜ਼ ਵਿੱਚ ਆਏ ਅਸੀਂ ਬਹੁਤ ਵੱਡਾ ਜਹਾਜ਼ ਦੇਖੋ ਤੇ ਕੱਟਾ ਉਹ ਸਾਹਮਣੇ ਬੱਸ ਲੱਗ ਗਈ ਬੱਸ ਤੋਂ ਥੱਲੇ ਉਪਰੇ ਆਏ ਦੇਰ ਅੱਗੇ ਚੱਲਦੇ ਥੋੜ੍ਹਾ ਅਸੀਂ ਹੋਰ ਅੱਗੇ ਆ ਗਏ ਹਾਂ ਅਤੇ ਪੂਰਾ ਗਰੁੱਪ ਜਾ ਰਿਹਾ ਸਾਡਾ ਦੇਖਦੇ ਹਾਂ ਹੁਣ ਸਾਹਮਣੇ ਸਾਡਾ ਇਮੀਗ੍ਰੇਸ਼ਨ ਹੋ ਗਿਆ ਚੱਲੇਗਾ ਸਾਰੇ ਆਲ ਪਾਸਪੋਰਟ ਅਤੇ ਲਾਈਨਾਂ 'ਚ ਲੱਗ ਗਏ ਸਾਰੇ ਬੰਦੇ ਇੱਧਰ ਬਾਈ ਲੱਖ ਰੁਪਿਆ ਲੈ ਲਿਆ ਸੌ ਰੁਪਏ ਅੱਗੇ ਲੈ ਲਿਆ ਬਾਕੀ ਸਿਮ ਕਿਹੜਾ ਲੱਤਾ ਭਾਜੀ ਟੈਕਸੀ ਦੀ ਵੇਟ ਕਰ ਰਹੇ ਆ ਦੇਖੋ ਕਦ ਤੱਕ ਟੈਕਸੀ ਆਉਂਦੀ ਆ ਥੱਕੇ ਹੋਏ ਭਾਈ ਜਲਦੀ ਜਲਦੀ ਟੈਕਸੀ ਭੇਜੋ ਯਾਰ ਹਾਂਜੀ ਬਟਾਲੀ ਜੀ ਲਓ ਜੀ ਟੈਕਸੀ ਵਾਲੇ ਮਿਲ ਗਿਆ ਭਾਈ ਓਕੇ ਅਦਰ ਗਾਇਸ ਸਟੈਂਡ ਦੇਅਰ ਗੋ ਆ ਜਾਓ ਮੈਂ ਬਿਠਾਉਣਾ ਭਾਈ ਮੇਰਾ ਚੱਚ ਲੈਂਦੇ ਟਿਚ ਮੇਰੇ ਲੈਂਦੇ ਭਾਈ ਠੀਕ ਰੱਖੋ ਪਿੱਛੇ ਭਾਈ ਬੈਠੋ ਭਾਈ ਚਲੋ ਭਾਈ ਰੱਖੋ ਭਾਈ ਸਮਾਨ ਚੱਲੀ ਭਾਈ ਹੁਣ ਤਾਂ ਜਾ ਕੇ ਨਹਾਉਂਦੇ ਯਾਰ ਪਹਿਲਾਂ ਫਰੈਸ਼ ਹੁੰਦੇ ਜਾ ਕੇ ਇੱਥੋਂ ਹੋਟਲ 11 ਕਿਲੋਮੀਟਰ 11 ਕਿਲੋਮੀਟਰ ਨੂੰ 35 ਮਿੰਟ ਕਹਿ ਰਿਹਾ ਵੀ 35 ਮਿੰਟ 'ਚ ਪਹੁੰਚੂਗੇ ਉੱਥੇ ਯਾਰ ਉੱਥੇ ਰਸਤੇ ਹੋਰ ਟ੍ਰੈਫਿਕ ਜਾਮ ਹੈ ਨਾ ਬਹੁਤ ਜ਼ਿਆਦਾ ਪੁੱਜ ਗਿਆ ਸਾਡਾ ਜੀ ਹੈਪੀ ਲਾਈਫ ਗ੍ਰੀਨ ਹੋਟਲ ਆਹ ਰੂਪ ਦਿੱਤੇ ਨਹੀਂ ਹਲੇ ਭਾਈ ਬੰਦਾ ਸਮਾਨ ਲੈਣ ਆਇਆ ਇਹਦਾ ਟੌਰ ਆਇਆ ਇਹਦਾ ਆ ਜਾਓ ਭਾਈ ਮੁੰਡੇ ਹੋ ਦੇ ਦਿਓ ਜਦ ਜਦ ਜਾ ਮਾਰ ਕੇ ਰੂਮ ਦੇ ਦੇਣੇ ਹੈਲੋ ਗਾਇਸ ਬੈਠੇ ਉੱਥੇ ਬੈਠੇ ਪਏ ਸਾਡੇ ਸਾਰੇ ਬੰਦੇ ਕਹਿੰਦੇ ਅਸੀਂ ਇੱਥੇ ਕਿੰਨਾ ਟਾਈਮ ਕਿੰਨੇ 9 ਵਜੇ ਪੁੱਜੋ 2 ਵਜੇ 4 ਘੰਟੇ ਬੈਠੋਗੇ ਇੱਥੇ ਫਿਰ 4 ਘੰਟੇ ਸਾਨੂੰ ਰੂਮ ਮਿਲ ਗਿਆ ਸੀ ਸਾਰੇ ਇਕੱਲੇ ਇਕੱਲੇ ਸਾਰੇ ਆਪਣੇ ਆਪਣੇ ਰੂਮਾਂ 'ਚ ਚਲੇ ਗਏ ਹੈ
ਤੇ ਬਹੁਤ ਸੋਹਣੇ ਰੂਮ ਇਹਦੇ ਮੈਂ ਇੱਕ ਅਲੱਗ ਵੀਡੀਓ ਬਣਾਊਂਗਾ ਵੀ ਕਿਹੜਾ ਹੋਟਲ ਦਾ ਕਿਆ ਹਿਸਾਬ ਦਾ ਕਿੰਨੇ ਦਾ ਰੂਮ ਹੈ ਇੱਕ ਪੂਰੀ ਡਿਟੇਲ ਡਿਟੇਲ ਵੀਡੀਓ ਬਣਾਊਂਗਾ ਇਹਦੇ ਪਰ ਵੀ ਅਤੇ ਬਾਕੀ ਥੋੜ੍ਹਾ ਇੰਡੀਅਨ ਇਮੀਗ੍ਰੇਸ਼ਨ ਨੇ ਥੋੜ੍ਹਾ ਤੰਗ ਕਰਿਆ ਸਾਨੂੰ ਵਿੱਚ ਇੱਕ ਦੋ ਬੰਦੇ ਨੂੰ ਸਾਡਿਆਂ ਨੂੰ ਅਤੇ ਬਾਕੀ ਜਿਹੜਾ ਇੱਥੇ ਦਾ ਇਮੀਗ੍ਰੇਸ਼ਨ ਆ ਸਮੂਥਲੀ ਖੜ੍ਹੇ ਬਾਹਰ ਖੜ੍ਹੇ ਬਾਹਰ ਇੱਕ ਬੰਦੇ ਨੇ ਥੋੜ੍ਹੀ ਜਿਹੀ ਗਲਤੀ ਕਰੀ ਹੈ ਜਿਹੜੀ ਆਪਣੀ ਲਾਈਨ ਜੀ ਲੱਗੀ ਹੁੰਦੀ ਵੀ 1x1 ਆਓ ਇੱਕ ਬੰਦਾ ਇੱਥੇ ਖੜ੍ਹ ਜਾਂਦਾ ਦੂਜਾ ਇੱਥੇ ਖੜ੍ਹ ਜਾਂਦਾ ਉਹਨੇ ਜਿਹੜਾ ਪਿਛਲਾ ਬੰਦਾ ਉਹਦੇ ਨਾਲ ਜਾ ਕੇ ਖੜ੍ਹ ਗਿਆ ਉਹ ਕਹਿੰਦਾ ਅਫਸਰ ਨੂੰ ਪਿੱਛੇ ਖੜ੍ਹ ਪਿੱਛੇ ਪਿੱਛੇ ਚੱਲ ਪਿੱਛੇ ਜਿਹੜਾ ਇਮੀਗ੍ਰੇਸ਼ਨ ਵਾਲਾ ਫਿਰ ਮੈਂ ਕਰਿਆ ਸਾਰਾ ਮੈਂ ਕਿਹਾ ਪਿੱਛੇ ਹੋ ਜਾਏ ਯਾਰ ਜਿੱਥੇ ਲੈਣਾ ਆ ਬੜੀ ਜਿਹੀ ਪੱਟੀ ਬਾਈ ਇਹਦੇ ਉੱਪਰ ਖੜ੍ਹ ਬਾਕੀ ਹੋਰ ਰੂਮ 'ਚ ਆ ਗਏ ਤਾਂ ਹੋਰ ਤਾਂ ਕੋਈ ਐਡੀ ਬੜੀ ਗੱਲਬਾਤ ਹੋਈ ਨਹੀਂ ਸਾਰਾ ਕੁਝ ਠੀਕ ਤਾਂ ਅਤੇ ਬਾਕੀ ਆਉਣਗੇ ਹੁਣ ਵੀਡੀਓ ਅਤੇ ਵੀਡੀਓ ਤੁਸੀਂ ਪਿਆਰ ਦਿਓ ਅਤੇ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਕਰੋ ਯਾਰ ਕਮੈਂਟ ਤਾਂ ਜ਼ਰੂਰ ਕਰਦੇ ਕਰੋ ਜਾਂ ਲਾਈਕ ਵੀ ਕਰਦੇ ਕਰੋ ਧੰਨਵਾਦ ਜੀ ਮੇਰਾ ਵੀਡੀਓ ਦੇਖਣ ਵਾਸਤੇ ਮਿਲਦਾ ਹੁਣ ਫਿਰ ਤੁਸੀਂ ਅਗਲੀ ਵੀਡੀਓ ਵਿੱਚ।